ਅੱਛਾ ਜਹਾਜ਼ ਭਾਅ ਜੀ, ਇਹ ਜਿੱਦਾਂ ਇਸ ਸਾਲ ਤੁਹਾਡੀ ਟੀਮ ਦੀ ਪਰਫੋਰਮੈਂਸ ਬਹੁਤ ਵਧੀਆ ਰਹੀ ਆ। ਅੱਛਾ, ਉਹ ਕਿਹੜੇ ਕਿਹੜੇ ਖਿਡਾਰੀ ਆ ਜਿਨ੍ਹਾਂ ਦੀ ਪਰਫੋਰਮੈਂਸ ਤੁਹਾਨੂੰ ਵੀ ਵਧੀਆ ਲੱਗੀ ਅਤੇ ਜਿਨ੍ਹਾਂ ਦੀ ਪਰਫੋਰਮੈਂਸ ਜਿਹੜੇ ਵਿਦੇਸ਼ੀਆਂ 'ਚ ਰਹਿੰਦੇ ਸਾਡੇ ਪ੍ਰਮੋਟਰ ਉਹਨਾਂ ਨੂੰ ਵਧੀਆ ਲੱਗੀ ਅਤੇ ਉਹਨਾਂ ਦੀ ਸਿਲੈਕਸ਼ਨਾਂ ਬਾਹਰਲੇ ਕੱਪਾਂ ਲਈ ਹੋਈਆਂ? ਭਾਅ ਜੀ, ਆਪਣੇ ਐਰਕੀ ਟੀਮ 'ਚੋਂ 8-9 ਪਲੇਅਰ ਆ ਜਿਨ੍ਹਾਂ ਦੇ ਟੈਸਟ ਹੋਏ ਇੰਗਲੈਂਡ ਲਈ, ਜਿਨ੍ਹਾਂ 'ਚੋਂ ਮੰਨ ਲਓ ਰੇਡਰਾਂ 'ਚ ਹੈਗਾ ਜੱਗੀ ਮੌਲੀ ਵਾਲਾ, ਠੀਕ ਹੈ, ਟਿੱਡਾ ਪੰਡਾਲ ਦੋਨਾਂ, ਠੀਕ ਆ, ਨਾਲ ਦੂਜਾ ਲੰਬੜਕਾਰੀ ਸਾਰੀ, ਇਹ ਰੇਡਰਾਂ ਦੇ ਟੈਸਟ ਕਰਾਏ ਆਪਾਂ ਭਾਅ ਜੀ। ਨਾਲ ਜਾਫੀਆਂ 'ਚ ਐਰਕੀ ਭਾਅ ਜੀ ਪੂਰਾ ਤਗੜਾ ਖੇਡਿਆ, ਪ੍ਰਿੰਸ ਕਾਰੀ ਸਾਰੀ ਵਾਲਾ, ਬਿਲਕੁਲ ਬੰਦਾ ਵੀ ਭਾਅ ਜੀ ਹੀਰਾ ਬੈਸਟ ਬਣਿਆ ਸੀ ਨਾ ਹੁਸ਼ਿਆਰਪੁਰ ਲੀਗ ਦਾ ਵੀ ਭਾਅ ਜੀ, ਬੰਦਾ ਵੀ ਹੀਰਾ, ਉਹ ਗੇਮ ਤਾਂ ਹੈਗੀ ਵਧੀਆ, ਉਹ ਜੱਗ ਜਾ ਰਿਹਾ, ਜੱਗ ਉਹ ਸਾਰਿਆਂ ਨੂੰ ਪਤਾ, ਪ੍ਰਿੰਸ ਕਾਰੀ ਸਾਰੀ, ਗੱਗੂ ਬੜੇ ਪਿੰਡੀਏ ਦਾ, ਮਨੀ ਧਨੌਰੀ, ਸ਼ੇਰੂ ਧਨੌਰੀ, ਅਤੇ ਨਾਲ ਇੱਕ ਆਪਾਂ ਭਾਅ ਜੀ ਆਪਣੇ ਏਰੀਏ ਦਾ ਮੁੰਡੇ ਦਾ ਟੈਸਟ ਕਰਾਇਆ ਨਵੀਂ ਔਜਲੇ ਦਾ, ਠੀਕ ਹੈ, ਹਾਂ, ਉਹਦੀ ਵਿਚਾਰੇ ਦੀ ਗੱਲਬਾਤ ਯੂਰਪ ਦੀ ਪਤਾ ਨਹੀਂ ਹੋਈ ਸੀ ਜਾਂ ਨਹੀਂ, ਉੱਦਾਂ ਹੀ ਆਪਣੀ ਯਾਰੀ ਦੋਸਤੀ ਆ ਉਹਨਾਂ ਵਧੀਆ, ਉਹਦਾ ਟੈਸਟ ਕਰਾਇਆ ਆਪਾਂ, 8-9 ਪਲੇਅਰਾਂ ਦੇ ਟੈਸਟ ਕਰਾਏ ਯਾਰ ਕੀ, ਠੀਕ ਹੈ, ਹਾਂਜੀ, ਬਾਕੀ ਜਿਹੜੇ ਕਲੀਅਰ ਹੋਣਗੇ ਜਾਣੇ ਤਾਂ ਉਹ ਹੀ ਆ, ਹਾਂਜੀ ਹਾਂਜੀ, ਠੀਕ ਹੈ। ਅੱਛਾ, ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਜਿੱਦਾਂ ਗਰਮੀਆਂ ਦਾ ਸੀਜ਼ਨ ਆ, ਹਾਂਜੀ, ਅਤੇ ਇਸ ਦੌਰਾਨ ਕੋਈ ਕੈਂਪ ਵੀ ਲੱਗ ਰਿਹਾ ਆਪਣਾ? ਭਾਅ ਜੀ ਕੈਂਪ ਲਾਉਣਾ ਐਰ ਕੀ ਮੌਲੀ ਲਾਉਣਾ ਆ, ਠੀਕ ਹੈ, ਐਰ ਕੀ ਪਲੇਅਰ ਅੰਡਰ 21 ਵਾਲੇ ਜਿਹੜੇ ਖੇਡੇ ਐਰ ਕੀ, ਉਹਨਾਂ 'ਚੋਂ ਹੀ ਚੱਕਣੇ 3-4 ਉੱਪਰ, ਠੀਕ ਹੈ, ਉਹਨਾਂ 'ਤੇ ਪੂਰਾ ਜ਼ੋਰ ਦੇਣਾ, ਉਹਨਾਂ 'ਤੇ ਜ਼ੋਰ ਲਾਉਣਾ, ਉਹਨਾਂ ਨੂੰ ਉੱਪਰ ਚੱਕਣਾ ਥੋੜ੍ਹਾ ਉੱਪਰ ਨਾਲੋਂ, ਮੁੰਡੇ ਆਪਣੇ ਹੈਗੇ ਉਮਰਾਂ ਥੋੜ੍ਹੀਆਂ ਭਾਅ ਜੀ, 4-5-6 ਸਨ ਦੇ ਜਨਮ ਆ ਸਾਰਿਆਂ ਦੇ, ਖੇਡ ਵੀ ਜਾਣੇ ਅੰਡਰ 21 ਵੀ ਉਹ ਖੇਡ ਜਾਣੇ 3-3-4 ਸਾਲ ਅਜੇ, ਠੀਕ ਹੈ, ਹਾਂਜੀ ਹਾਂਜੀ, ਉਹਨਾਂ 'ਤੇ ਜ਼ੋਰ ਲੱਗਾ ਐਰ ਕੀ ਮੌਲੀ ਲਾਉਣਾ ਕੈਂਪ ਐਰ ਕੀ ਭਾਅ ਜੀ। ਅੱਛਾ, ਜਾਂਦੇ ਨੇ ਨਾ ਇੱਕ ਤੁਹਾਨੂੰ ਤੁਹਾਡੇ ਵੀ ਵਿਚਾਰ ਸਾਂਝੇ ਜ਼ਰੂਰ ਸਾਡੇ ਦਰਸ਼ਕਾਂ ਨਾਲ ਕਰਾਉਣੇ ਆ ਕਿ ਪਿਛਲੇ ਦਿਨੀ ਕਬੱਡੀ ਦੇ ਵਿੱਚ ਇੱਕ ਕਾਂਡ ਹੋਇਆ ਸੰਦੀਪ ਨੰਗਲੰਬੀਆਂ ਦੇ ਰੂਪ ਦੇ ਵਿੱਚ, ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਬਹੁਤ ਜ਼ਿਆਦਾ, ਪਹਿਲਾਂ ਹੀ ਜਿੱਦਾਂ ਪਰਮਾਤਮਾ ਜਿਹੜੇ ਕਰੋਪੀ ਕਰਨ, ਪਹਿਲਾਂ ਵੀ ਸਾਡੇ ਕੋਲ ਸਟਾਰ ਬਹੁਤ ਹੋਏ, ਪਰ ਜਿਹੜਾ ਪਿਛਲੇ ਦਿਨੀ ਕਾਂਡ ਹੋਇਆ ਇਹਦੇ ਬਾਰੇ ਤੁਹਾਡੇ ਵਿਚਾਰ ਕੀ ਆ? ਭਾਅ ਜੀ ਵਿਚਾਰ ਇਹਦੇ ਲਈ ਯਾਰ ਬਹੁਤ ਜ਼ਿਆਦਾ ਘਾਟਾ ਪਿਆ, ਨਿਆਣੇ ਦੇਖ ਨਹੀਂ ਹੁੰਦੇ ਭਾਅ ਜੀ, ਹੁਣ ਤੱਕ ਵੀ ਨਹੀਂ ਦੇਖ ਹੁੰਦੇ, ਯਕੀਨ ਮੰਨੇਗਾ ਭਾਅ ਜੀ, 14 ਤਰੀਕ ਨੂੰ ਇਹ ਘਾਟਾ ਪਿਆ, 13 ਤਰੀਕ ਨੂੰ ਅਸੀਂ ਇਕੱਠੇ ਸੀਗੇ, ਸਾਡਾ ਮੈਚ ਸ਼ਾਹਕੋਟਣਾ ਸੀ ਲੋਟਾਂ ਦਾ, ਇਕੱਠੇ ਸੰਦੀਪ ਭਾਈ ਨਾਲ ਗੱਲਾਂ ਬਾਤਾਂ ਕੀਤੀਆਂ, ਸਮਾਂ ਮੈਨੂੰ ਹੌਸਲਾ ਦੇਵੇ, ਕਹਿੰਦਾ ਜਾ ਟੀਮ ਬਹੁਤ ਸੋਹਣੀ ਖੇਡੀ ਯਾਰ ਕੀ ਤੇਰੀ, ਕਹਿੰਦਾ ਅਗਲੇ ਸਾਲ ਹੋਰ ਇਸ 'ਤੇ ਮਿਹਨਤ ਕਰ, ਪਰ ਸਾਨੂੰ ਨਹੀਂ ਪਤਾ ਜੀ ਉਹ ਬੰਦੇ ਨੇ ਸਾਨੂੰ ਹੀ ਛੱਡ ਦੇਣਾ, ਸਾਡੀਆਂ ਮਿਹਨਤਾਂ ਕਰਾਉਣ ਦਿਆ, ਬੜਾ ਜ਼ਿਆਦਾ ਘਾਟਾ ਪਿਆ ਭਾਅ ਜੀ ਉਹ ਬੰਦੇ ਦਾ, ਘਾਟਾ ਪਰਿਵਾਰ ਨੂੰ ਬਹੁਤ ਪਿਆ, ਪਰਿਵਾਰ ਬਹੁਤ ਜ਼ਿਆਦਾ ਹੀ ਪਿਆ, ਛੋਟੇ ਛੋਟੇ ਬੱਚੇ ਦਾ ਜਦੋਂ ਪਹਿਲਾਂ ਵੀ ਦੱਸਿਆ ਉਹ ਦੇਖਿਆ ਨਹੀਂ ਜਾ ਰਿਹਾ ਉਹਨਾਂ ਨੂੰ ਕਿ ਉਹਨਾਂ ਦਾ ਆਉਣ ਵਾਲਾ ਭਵਿੱਖ ਕਿਹਾ ਜਾਵੇ। ਭਾਅ ਜੀ ਉਹ ਕਬੱਡੀ ਦੇ ਯੋਧੇ ਸੀ ਉਹ ਬੰਦੇ, ਉਹ ਬੰਦੇ ਨੇ ਕਬੱਡੀ ਲਈ ਕੀਤਾ ਬਹੁਤ ਕੁਛ, ਬਹੁਤ ਕੁਛ ਕਰਨਾ ਸੀ, ਅਜੇ ਕਰਨਾ ਸੀ, ਸੋਚੀ ਬੈਠਾ ਜੀ ਬਹੁਤ ਕੁਛ, ਹੁਣ ਲਾ ਲਓ ਹਿਸਾਬ 1,00,000 ਵਾਲੇ ਕੱਪ ਉਹ ਬੰਦੇ ਨੇ 2,50,000 'ਤੇ ਕਰਾਤੇ, ਉਹਨੇ ਕਿਹੜਾ ਘਰ ਨੂੰ ਲੈ ਜਾਣਾ ਸੀ ਕੁਛ, ਉਹ ਤਾਂ ਪਲੇਅਰਾਂ 'ਚ ਜਾਂਦਾ ਸੀ, ਪਲੇਅਰਾਂ ਨੂੰ ਮਿਲਦਾ, ਪਲੇਅਰਾਂ ਦਾ ਮੁੱਲ ਬਹੁਤ ਪਾਇਆ, ਪਾੜੀ ਸਵੇੜ 60,000-60,000 ਕੀਤਾ ਉਹ ਵੀ ਪਲੇਅਰਾਂ ਨੂੰ ਜਾਂਦਾ ਸੀ, ਨਹੀਂ ਤਾਂ ਹੁਣ ਲਾ ਲਓ ਹਿਸਾਬ 40,000 ਨਾਮ 'ਤੇ ਬੰਦੇ ਨੂੰ 4 ਮੈਚ ਖੇਡਣੇ ਪੈਂਦੇ, ਉਹ ਪਹਿਲਾ ਮੈਚ ਖੇਡ ਕੇ 50,000 ਰੁਪਈਆ ਦੇ ਦਿੰਦੇ, ਪਲੇਅਰਾਂ ਨੂੰ ਜਾਂਦਾ ਸੀ ਉਹ ਸਾਰਾ ਕੁਛ, ਬੰਦੇ ਨੇ ਕਬੱਡੀ ਲਈ ਭਾਜੀ ਬਹੁਤ ਕੀਤਾ, ਕਰਨਾ ਵੀ ਬਹੁਤ ਕੁਛ ਸੀ ਅਜੇ, ਪਰ ਘਾਟਾ ਘਾਟਾ ਬਹੁਤ ਬੜਾ ਪਿਆ, ਕਬੱਡੀ ਨੂੰ ਬਹੁਤ ਬੜਾ ਪਿਆ, ਘਰਦਿਆਂ ਨੂੰ ਤਾਂ ਪੈਣਾ ਪੈਣਾ, ਕਬੱਡੀ ਨੂੰ ਬਹੁਤ ਬੜਾ ਘਾਟਾ ਪਿਆ ਭਾਜੀ। ਉਮੀਦ ਹੈਗੀ ਹੈ ਕਿ ਸਰਕਾਰ ਉਹਨਾਂ ਦੇ ਜਿਹੜੇ ਕਾਤਲਾਂ ਨੂੰ ਸਜ਼ਾ ਦਊਗੀ? ਭਾਜੀ ਉਮੀਦ ਨਹੀਂ, ਚਾਹੀਦਾ, ਜ਼ਰੂਰੀ, ਪਤਾ ਲੱਗਣਾ ਚਾਹੀਦਾ ਦੁਨੀਆਂ ਨੂੰ ਵੀ ਕੌਣ ਹੈ ਇਹਦੇ ਪਿੱਛੇ, ਠੀਕ ਹੈ ਨਾ, ਬਿਲਕੁਲ, ਜਿਹੜਾ ਅੱਗੇ ਤੋਂ ਕੋਈ ਸੋਚ ਕੇ ਹੱਥ ਪਾਵੇ ਕਿਸੇ ਨੂੰ, ਇਹ ਚੀਜ਼ ਦਾ ਸਾਰਾ ਪਤਾ ਲੱਗਣਾ ਚਾਹੀਦਾ, ਮੰਨ ਲਾ ਉਮੀਦਾਂ ਨਹੀਂ ਆ, ਇਹਨੂੰ ਕਰਨਾ ਜ਼ਰੂਰੀ ਆ, ਜ਼ਰੂਰੀ ਆ, ਬਹੁਤ ਜ਼ਰੂਰੀ ਆ, ਆਉਣ ਵਾਲੇ ਸਮੇਂ ਦੇ ਵਿੱਚ ਨਵਾਂ ਪਲੇਅਰ ਹੋਣ ਰੱਖ ਲਓ, ਨਹੀਂ ਤਾਂ ਮਾਵਾਂ ਪੁੱਤਾਂ ਨੂੰ ਖੇਡਣੋਂ ਹਟਾਈ ਜਾਂਦੀਆਂ, ਹਟਾਉਂਦੀਆਂ ਪਈਆਂ ਜੀ, ਕਹਿੰਦੇ ਤਾਂ ਆਹ ਸਿਸਟਮ ਚੱਲਦਾ ਅੱਜ, ਠੀਕ ਹੈ। ਬਾਕੀ ਆ ਦੂਆ ਮੇਰੀ ਇੱਕ ਬੇਨਤੀ ਦੂਏ ਨਿਊਜ਼ ਵਾਲਿਆਂ ਨੂੰ ਵੀ ਆ,
ਕਿ ਪਹਿਲਾਂ ਪੁੱਛ ਕੇ ਸਾਰੀ ਐਡ ਲਾਇਆ ਕਰਨ, ਹੁਣ ਜ਼ਿਆਦਾ ਕਬੱਡੀ ਬਦਨਾਮ ਕਰੀ ਜਾਂਦੇ, ਜ਼ਿਆਦਾ ਕਰੀ ਜਾ ਰਹੇ ਆ ਕਿ ਘਟਨਾ, ਪਰ ਇਹ ਘਟਨਾ ਕਿਤੇ ਹੁੰਦੀ ਆ ਗੋਲੀ ਟੂਰਨਾਮੈਂਟ ਤੇ ਆਪਣੀ ਉਹਨਾਂ ਦੀ ਆਪਸ 'ਚ ਕੋਈ ਰੰਜਿਸ਼ ਆ, ਉਹ ਤਾਂ ਉਹ ਪਲੇਅਰਾਂ ਤੇ ਆਈ ਜਾਂਦਾ ਜੀ, ਪਲੇਅਰ ਚੱਲ ਪਿਆ ਜੀ ਆਹ ਹੋ ਗਿਆ, ਜਿੱਥੇ ਰੰਜਿਸ਼ ਆਇਆ ਉੱਥੇ ਕੋਈ ਨਾ ਕੋਈ ਇਹੋ ਜਿਹੇ ਸ਼ਰਾਰਤੀ ਅਨਸਰ ਹੁੰਦੇ ਆ, ਆਪਣੀ ਰੰਜਿਸ਼ ਕੱਢਣ ਨੂੰ ਗੋਲੀ ਚਲਾ ਦਿੰਦੇ ਜਾਂ ਕੁਛ ਉੱਦਾਂ ਕਰ ਦਿੰਦੇ ਆ, ਇਹ ਚੀਜ਼ਾਂ ਇਹ ਪਲੇਅਰਾਂ ਦੇ ਚਾਹੀਦਾ ਭਾਜੀ। ਬਾਕੀ ਆਪਣਾ ਤਾਂ ਇਹ ਵਿਚਾਰ ਆ ਕਿ ਮੰਨ ਲਾ ਜਿਹੜੀ ਖਬਰ ਹੁਣ ਪਿੱਛੇ ਜਿਹਾ ਪਿੰਦੇ ਪਡੋਰੀ ਦੀ ਲਾਤੀ ਜੀ, ਉਹ ਪੂਰਾ ਹੋ ਗਿਆ, ਉਹ ਵਿਚਾਰਾ ਬੜਾ ਅਪਸੈਟ ਹੋਇਆ ਸੀ, ਕਾਫੀ ਫੇਕ ਇਦਾਂ ਲਾਈਆਂ, ਫੇਕ ਫੇਕ ਕਲਾਨੌਰ ਤੇ ਲਾਤੀ, ਸੱਭਾ ਕਲਾਨੌਰ, ਹਾਂ ਹੋਇਆ ਤਾਂ ਚੱਕਰ ਇੱਧਰ ਸੀਗਾ ਬੰਗਿਆ ਜੀ ਸੱਭੇ ਭਾਈ ਤੇ, ਉਹ ਸੱਭੇ ਕਲਾਨੌਰ ਦਾ ਵਿਊ ਲਈ ਜਾਂਦੇ ਆ, ਕਾਫੀ ਮਾੜਾ ਨਾਮ ਪਤਾ ਹੋਣਾ ਚਾਹੀਦਾ ਉਹਦੇ ਪਿੱਛੇ ਕੋਈ ਹਕੀਕਤ ਨਹੀਂ, ਸਾਰਾ ਕੁਝ ਹੁਣ ਭਾਜੀ ਅਸੀਂ ਆ ਰੱਖ ਲਾ ਜੇ ਮਾੜਾ ਮੋਟਾ ਖੋਲੀ ਦਾ ਆ, ਅਸੀਂ ਨਾ ਪੜ ਕੇ ਖੋਲਦੇ ਪਿੱਛੋਂ ਨਿਕਲਦਾ ਕੁਝ ਹੋ ਰਿਹਾ, ਕੁਝ ਹੋ ਰਿਹਾ, ਇਹ ਮੇਰੀ ਬੇਨਤੀ ਆ ਪਲੀਜ਼, ਕਿ ਜਿੱਦਾਂ ਮਤਲਬ ਕਿ ਜੋ ਸੱਚਾਈ ਉਹ ਦੱਸੋ, ਸਾਡੀ ਵੀ ਜੋ ਸੱਚ ਆ ਉਹ ਦੱਸੋ, ਮੈਂ ਤਾਂ ਇਹ ਕਹਿੰਦਾ ਫੇਕ ਨਾ ਕਰੋ ਕੁਝ ਵੀ, ਜੋ ਅਸੀਂ ਹੈਗੇ ਉਹ ਦੱਸੋ ਵੀ ਆਹ ਆ ਤੁਸੀਂ, ਨਹੀਂ ਬਿਲਕੁਲ ਚਾਹੀਦਾ, ਜੋ ਫੇਕ ਨਿਊਜ਼ ਆਪਣੇ ਵਿਊ ਵੱਧਦੇ ਆ ਪਰ ਜਿਹੜਾ ਸਮਾਜ ਦੇ ਵਿੱਚ ਆ ਉਹ ਬਹੁਤ ਗਲਤ ਮੈਸੇਜ ਆਉਂਦੇ ਆ, ਹੋਰ ਭਾਜੀ ਜਿਹਨਾਂ ਕਾਫੀਆਂ ਜਦੋਂ ਨੂੰ ਸੱਭੇ ਵਾਲੀ ਆਪਾਂ ਗੱਲ ਕਰਦੇ ਹਾਂ, ਕਾਫੀ ਜਿੱਦਾਂ ਫੇਕ ਵਿਊ ਲੈਣ ਨੂੰ ਖਬਰਾਂ ਪਾਤੀਆਂ, ਹਰੇਕ ਨੇ ਪੁੱਛਣਾ ਵੀ ਕੀ ਹੋਇਆ ਕੀ, ਸਾਨੂੰ ਵੀ ਪੁੱਛ ਕੇ ਅਸੀਂ ਕਬੱਡੀ ਵਿੱਚ ਰਹਿੰਦੇ ਹਾਂ, ਜਿਹੜਾ ਵੀ ਬੰਦਾ ਕਬੱਡੀ 'ਚ ਰਹਿੰਦੇ ਆ ਉਹਦੇ ਪਿੰਡਾਂ ਦੇ ਉਹਨੂੰ ਪੁੱਛਦੇ ਵੀ ਆਹ ਵੀ ਅੱਜ ਇੱਦਾਂ ਕੰਮ ਹੋ ਗਿਆ, ਆ ਇੱਦਾਂ ਕੰਮ ਹੋ ਗਿਆ, ਇਹ ਫੇਕ ਅਤੇ ਗਲਤ ਖਬਰਾਂ ਦੇ ਨਾਲ ਹੀ ਹੁੰਦਾ ਆ, ਤੁਸੀਂ ਵਧੀਆ ਕੰਮ ਕਰਦੇ ਹੋ ਅਤੇ ਸਾਡੇ ਭਰਾ ਆ ਤੁਸੀਂ, ਤੁਹਾਨੂੰ ਬੇਨਤੀ ਸਾਰੇ ਚੈਨਲਾਂ ਨੂੰ ਇਹੀ ਹੈ ਕਿ ਜਿਹੜੀ ਖਬਰ ਹੈ ਉਹਦੀ ਸੱਚਾਈ ਅਤੇ ਡੂੰਘਾਈ 'ਤੇ ਜਾ ਕੇ ਸਾਰਿਆਂ ਨਾਲ ਸਾਂਝੀ ਕਰੀਏ। ਮੈਂ ਇੱਕ ਵਿਚਾਰ ਹੋਰ ਕਰਨਾ ਸੀ, ਹਾਂਜੀ, ਬੇਨਤੀ ਇਹ ਵੀ ਆ ਕਿ ਹੁਣ ਸਾਰੇ ਕਹਿੰਦੇ ਰਹਿੰਦੇ ਜੀ ਕਬੱਡੀ 'ਚ ਨਵੇਂ ਕੋਚ ਬਹੁਤ ਆ ਗਏ ਜਾਂ ਇੱਦਾਂ, ਹਾਂ ਜੀ ਖੇਡੇ ਥੋੜ੍ਹੇ ਆ ਜਾਂ ਇੱਦਾਂ, ਪਰ ਮੈਂ ਇਹ ਸੱਚਾਈ ਦੱਸਣੀ ਚਾਹੁੰਦਾ ਭਾਜੀ, ਜਿਹੜੇ ਹੈਗੇ ਬੜੇ ਕੋਚ ਆਪਣੇ ਕਬੱਡੀ 'ਚ ਉਹ ਨਵਿਆਂ ਕੋਚਾਂ ਦੇ ਸਿਰੋਂ ਬਣ ਗਏ, ਕਿਉਂਕਿ ਸਾਡੇ ਨਾਲ ਪਹਿਲਾਂ ਪ੍ਰਮੋਟਰ ਨਹੀਂ ਸੀ ਅਸੀਂ ਵੇਟ 'ਚ ਜਦੋਂ ਸੀ, ਠੀਕ ਆ ਨਾ, ਬਿਲਕੁਲ, ਪਰ ਜਿਹੜੇ ਬੜੇ ਕੋਚ ਆ ਰੱਖ ਲਓ ਬੜੀਆਂ ਟੀਮਾਂ ਬੜੇ ਲੈਵਲ 'ਤੇ, ਉਹ ਬਣੀਆਂ ਨਵੇਂ ਕੋਚਾਂ ਤੋਂ ਹੀ, ਕਾਰਨ ਕੀ ਆ, ਹੁਣ ਦੇਖ ਮਾਲੂਪੁਰੀ ਆ ਰੱਖ ਲਓ, ਵੀਰ ਕਰੀਹੇ ਵਾਲਾ ਸਾਡੇ ਵਾਲੀ ਟੀਮ ਸੀ, ਇਹਨਾਂ 'ਚੋਂ ਜੇ ਮੈਂ ਚਾਰ ਚਾਰ ਪਲੇਅਰਾਂ ਦੇ ਵੀ ਨਾਂ ਦੱਸਾਂ ਨਾ, ਇਹ 12 ਪਲੇਅਰ ਲੈ ਲਓ ਤਾਂ ਇਹਨਾਂ ਦੀ ਟੀਮ ਹਰਨੀ ਨਹੀਂ ਕਿਸੇ ਤੋਂ, ਜ਼ੋਰ ਲਾ ਲਵੇ ਕੋਈ ਪੂਰਾ ਆਪਣੇ ਆਪ 'ਚ, ਹੁਣ ਰੱਖ ਲਓ ਵੀਰ ਦਾ ਫਰਿਆਦ, ਮਲੂਕ ਲੈ ਲਓ, ਮਨੀ ਅਤੇ ਛਾਜੀ ਲੈ ਲਓ, ਚਾਰ ਪਲੇਅਰ ਹੋ ਗਏ, ਨੇਕ ਦਾ ਲੈ ਲਓ, ਪਿੰਦਾ ਸੱਜਣ ਵਾਲੀ ਆ, ਜੱਗਾ ਮੱਲੀ, ਯੋਧਾ ਸਿੰਘ ਉਜਲਾ, ਨਾਲ ਉਹਨਾਂ ਦੇ ਕ੍ਰੇਡਰ ਲੈ ਲਓ ਜਿਹੜਾ ਮਰਜ਼ੀ ਉਹਨਾਂ ਦੇ, ਉਹਨਾਂ ਨੇ ਜਿੱਦਾਂ ਢੋਲਕੀ ਹੋਇਆ ਸੀ ਜਾਂ ਹੋਰ ਇਹਨਾਂ 'ਚੋਂ, ਹੁਣ ਸਾਡੇ ਵਾਲੀ ਟੀਮ 'ਚੋਂ ਗੱਗੂ ਨੂੰ ਲੈ ਲਓ, ਪ੍ਰਿੰਸ ਨੂੰ ਲੈ ਲਓ, ਨਾਲ ਕਮਲ ਟਿੱਡਾ ਲੈ ਲਓ, 'ਚ ਇਹ 6 ਰੇਡਰ 6 ਜਾਫੀ ਇੱਦਾਂ ਦੇ ਹੋ ਜਾਣੇ ਆ ਕਿ ਕੋਈ ਜ਼ੋਰ ਲਾ ਲਵੇ ਬੜੇ ਤੋਂ ਬੜੀ ਟੀਮ, ਜੇ ਹਰਾ ਦੇਵੇ, ਜੇ ਹਰਾਊ ਵੀ ਨਾ ਤਾਂ ਮੈਚ ਸਿਰੇ ਦਾ ਲੱਗੂ। ਮੈਂ ਇਹ ਬੇਨਤੀ ਕਹਿੰਦਾ ਕਿ ਪਹਿਲਾਂ ਬੰਦੇ ਬਾਰੇ ਪਤਾ ਕਰੋ ਕਿ ਉਹ ਬੰਦਾ ਮਿਹਨਤ ਕਿੰਨੀ ਕਰਦਾ ਇਸ ਚੀਜ਼ ਲਈ। ਕਈ ਬੰਦੇ ਇੱਦਾਂ ਦੇ ਜਿਹੜੇ ਸਿਰੇ ਦੀ ਕਬੱਡੀ ਖੇਡੇ ਆ ਤਾਂ ਉਹਨਾਂ ਤੋਂ ਇੱਕ ਪਲੇਅਰ ਵੀ ਨਹੀਂ ਦੇ ਹੋਇਆ ਕਬੱਡੀ ਨੂੰ, ਇੱਕ ਪਲੇਅਰ ਵੀ। ਖੇਡਣਾ ਅਤੇ ਖਿਡਾਉਣਾ ਦੋ ਅਲੱਗ ਅਲੱਗ ਚੀਜ਼ਾਂ। ਮੈਂ ਉਹੀ ਚੀਜ਼, ਬਹੁਤ ਸਾਰੇ ਸਾਡੇ ਨਾਮੀ ਪਲੇਅਰ ਹੋਏ ਆ, ਬਹੁਤ ਜ਼ਿਆਦਾ ਭਾਜੀ, ਜੇ ਇੱਕ ਇੱਕ ਕਬੱਡੀ ਨੂੰ ਖੇਡਣ ਤੋਂ ਬਾਅਦ ਤੋਂ ਮੇਰੇ ਖਿਆਲ ਨਾਲ ਕੋਈ ਵੀ ਪਲੇਅਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਭਾਜੀ। ਮੈਂ ਉਹੀ ਦੱਸਦਾ ਤੈਨੂੰ, ਜੇ ਉਹ ਇੱਕ ਇੱਕ ਪਲੇਅਰ ਵੀ ਦਿੰਦੇ ਨਾ ਮੰਨ ਲਾ ਤਾਂ ਕਬੱਡੀ ਬਹੁਤ ਹੋਰ ਉੱਪਰ ਚੱਲ ਜਾਣੀ। ਜਿੱਦਾਂ ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਸ ਏਰੀਆ 'ਚ ਕਬੱਡੀ ਘਟੀ ਆ, ਪਹਿਲੇ ਜਿਹੜੇ ਇੱਧਰਲੇ ਨਾਮੀ ਪਲੇਅਰ ਸੀ ਉਹ ਬਾਹਰ ਜਾ ਕੇ ਸੈੱਟ ਹੋ ਗਿਆ, ਕੋਈ ਕਿਤੇ ਸੈੱਟ ਹੋ ਗਿਆ ਜਾਂ, ਹੁਣ ਸਾਡੇ ਏਰੀਆ 'ਚ ਭਾਜੀ ਕਬੱਡੀ ਹੈ ਨਹੀਂ, ਹੁਣ ਮੁੰਡੇ 2 ਲਾਲੋ ਮਜਾਰੇ ਵਾਲੇ ਉੱਠੇ ਜ਼ਿਲ੍ਹੇ ਨਵੇਂ ਸ਼ਹਿਰ 'ਚੋਂ, ਪਹਿਲਾਂ ਵਿਚਾਰਾ ਭੁੰਡੀ ਸੀਗਾ, ਕਬੱਡੀ ਹੈ ਨਹੀਂ ਸਾਡੇ ਏਰੀਏ 'ਚ, ਨਵੇਂ ਸ਼ਹਿਰ ਜ਼ਿਲ੍ਹੇ 'ਚ ਕਬੱਡੀ ਹੈ ਨਹੀਂ, ਅਸੀਂ ਕੋਚ 3 ਆ ਨਵੇਂ ਸ਼ਹਿਰ ਜ਼ਿਲ੍ਹੇ 'ਚ, ਬਿੱਦੂ ਭਾਜੀ ਫਰਾਲੇ ਵਾਲਾ, ਬਿਲਕੁਲ, ਉਹ ਵੀ ਨਵੇਂ ਸ਼ਹਿਰ 'ਚ, ਵੀਰ ਕਰੀਹਾ ਕੋਚ, ਹੈਂ, ਠੀਕ ਹੈ, 3 ਅਸੀਂ ਭਾਈ ਹਾਂ, ਠੀਕ ਹੈ, ਸਾਡਾ ਚਲੋ ਇੱਕ ਆ ਵੀ ਵਧੀਆ ਆ, ਪਰ ਸਾਡੇ ਏਰੀਏ 'ਚ ਕਬੱਡੀ ਉਠਾਉਣ ਨੂੰ ਅਸੀਂ ਨਵਿਆਂ ਪਲੇਅਰਾਂ ਨੂੰ ਐਰ ਕੀ ਤਾਂ ਹੀ ਲੱਗੇ ਹਾਂ, ਠੀਕ ਆ, ਇਸੇ ਲਈ ਲੀਗ ਸ਼ੁਰੂ ਹੋਈ ਆ, ਲੀਗ ਵੀ ਇਸੇ ਲਈ ਸ਼ੁਰੂ ਕੀਤੀ, ਸਾਰਿਆਂ ਦਾ ਸਹਿਯੋਗ ਵੀ ਬਹੁਤ ਕੋਚਾਂ ਦਾ, ਸਾਨੂੰ ਤੁਹਾਡੇ ਜ਼ਿਲ੍ਹੇ ਦਾ ਵੀ ਕਾਫੀ ਸਹਿਯੋਗ ਮਿਲਿਆ, ਬਹੁਤ ਭਾਜੀ, ਆਪਣੇ ਜਿੰਨੇ ਕੁ ਅਸੀਂ ਭਾਈ ਬਣਦੇ ਹਾਂ ਸਾਰਿਆਂ ਦਾ ਸਹਿਯੋਗ ਸੀ। ਅੱਛਾ, ਜਿਹੜੇ ਜਿਹੜੇ ਹੋਰ ਪਿੰਡ ਵੀ ਜਿੱਦਾਂ ਹੁਣ ਚਾਹੁੰਦੇ ਕਬੱਡੀ ਸਾਡੇ ਪਿੰਡਾਂ 'ਚ ਹੋਵੇ, ਸਾਡੇ ਨਾਂ ਭਾਜੀ, ਇਹ ਲੀਗ ਨੂੰ ਸਾਡੇ ਨਵੇਂ ਸ਼ਹਿਰ ਜ਼ਿਲ੍ਹੇ 'ਚ ਭਾਜੀ ਆ ਬਲਜਿੰਦਰ ਸਿੰਘ ਸੈਨਪੁਰ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ, ਕਾਫੀ ਟੂਰਨਾਮੈਂਟ ਕਰਵਾਏ ਨੇ ਉਹਨਾਂ ਨੇ, 8-9 ਟੂਰਨਾਮੈਂਟ ਵੱਡੇ ਕਰਾਏ ਪੂਰੇ ਵਧੀਆ,
ਪਲੇਅਰਾਂ ਨੂੰ ਗਿਆ ਸਾਰਾ ਕੁਝ ਬਿਲਕੁਲ ਬਿਲਕੁਲ ਉਹਨੇ ਕਬੱਡੀ ਨਹੀਂ ਉਹਨੇ ਮੇਰੇ ਖਿਆਲਾਂ ਦਾ ਹੋਰ ਵੀ ਕਾਫੀ ਗੇਮਾਂ ਕਰੀ ਗੇਮਾਂ ਕਰਾਈਆਂ ਉਹਨਾਂ ਨੇ ਬਹੁਤ ਸਪੋਰਟ ਕੀਤਾ ਉਹਨੇ ਬਹੁਤ ਸਪੋਰਟ ਕੀਤੀ ਭਾਜੀ ਉਹਨੇ ਆ ਲੀਗ ਨਾਲ ਰਲ ਕੇ ਬਹੁਤ ਕੁਝ ਵਧੀਆ ਕੀਤਾ ਉਹਨਾਂ ਨੇ ਅਸੀਂ ਅੱਗੇ ਤੋਂ ਵੀ ਕਹਿੰਦੇ ਆ ਨਾਲ ਜੁੜੇ ਬਹੁਤ ਕਰਨਗੇ ਵੀ ਅੱਗੇ ਤੋਂ ਐਤਕੀ ਸਾਲ ਵੀ ਕੋਈ ਨਵਾਂ ਚੀਜ਼ ਛੱਡਣਗੇ ਨਵਾਂ ਸ਼ਹਿਰ ਲੈ ਲਓ ਜਾਂ ਕਿਸੇ ਹੋਰ ਦੇ ਵੀ ਜਿਹੜੇ ਪਿੰਡ ਚਾਹੁੰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਹੈ ਕਿ ਕਬੱਡੀ ਦੀ ਬਿਹਤਰੀ ਲਈ ਇਹ ਲੀਗ ਕਰਾਉਣ ਕਬੱਡੀ ਦੀ ਬਿਹਤਰੀ ਲਈ ਭਾਜੀ ਪਹਿਲੇ ਨੰਬਰ 'ਤੇ ਤਾਂ ਗਰਾਊਂਡਾਂ ਵਧੀਆ ਬਣਾਓ ਪਿੰਡਾਂ 'ਚ ਮਿਹਨਤ ਠੀਕ ਆ ਗਰਾਊਂਡ ਵਧੀਆ ਹੋਊਗੀ ਆਟੋਮੈਟਿਕਲੀ ਪਲੇਅਰ ਆਉਣ ਲੱਗ ਪੈਂਦੇ ਭਾਜੀ ਠੀਕ ਹੈ ਨਾ ਬਾਕੀ ਗਰਾਊਂਡ ਨਾਲ ਨਾਲ ਕੋਚ ਰੱਖੋ ਠੀਕ ਆ ਇਕੱਲਾ ਕਬੱਡੀ ਨਾ ਕੋਚ ਦੱਸੇ ਕੋਚ ਇਹ ਵੀ ਦੱਸੇ ਕਿ ਬੱਚੇ ਨੇ ਪੜ੍ਹਾਈ ਲਿਖਾਈ ਕਿੱਦਾਂ ਵਧੀਆ ਪੜ੍ਹਨਾ ਲਿਖਣਾ ਪੜ੍ਹਾਈ ਦਾ ਬਹੁਤ ਜ਼ਰੂਰੀ ਹੈ ਜੀ ਭਾਜੀ ਕਬੱਡੀ 'ਚ ਬਹੁਤ ਘੱਟ ਪਲੇਅਰ ਆ ਜਿਹੜੇ ਪੜ੍ਹੇ ਲਿਖੇ ਮਿਹਨਤ ਦੇ ਨਾਲ ਨਾਲ ਉਹਨੂੰ ਚੰਗਾ ਬੋਲਣਾ ਸਿੱਖਣਾ ਵਧੀਆ ਸਿਖਾਓ ਬੈਠਣਾ ਉੱਠਣਾ ਵਧੀਆ ਸਿਖਾਓ ਉਹਨੂੰ ਕਿਉਂਕਿ ਤੁਹਾਨੂੰ ਪਤਾ ਭਾਜੀ ਰਿਸਪੈਕਟ ਜ਼ਿਆਦਾ ਭਲਵਾਨੀ 'ਚ ਆ ਕਬੱਡੀ 'ਚ ਰਿਸਪੈਕਟ ਬਹੁਤ ਘੱਟ ਆ ਜਿੱਦਣ ਪਲੇਅਰ ਨੂੰ ਕੱਛਾ ਪਾਉਣਾ ਆ ਜਾਂਦਾ ਨਾ ਉਹ ਦੱਸਦਾ ਉਹ ਸਾਨੂੰ ਅਕਲ ਦਿੰਦਾ ਕਿ ਭਾਜੀ ਮੇਰੇ ਨਾਲ ਆ ਤੁਸੀਂ ਕਿ ਨਾ ਕਿ ਮੈਂ ਤੁਹਾਡੇ ਨਾਲ ਕਬੱਡੀ 'ਚ ਰਿਸਪੈਕਟ ਘੱਟ ਆ ਭਾਜੀ ਭਲਵਾਨੀ 'ਚ ਰਿਸਪੈਕਟ ਜ਼ਿਆਦਾ ਮੈਂ ਤਾਂ ਇਹੀ ਕਹਿੰਦਾ ਕਿ ਨਵੇਂ ਪਲੇਅਰਾਂ ਨੂੰ ਵੀ ਰਿਸਪੈਕਟ ਜ਼ਰੂਰੀ ਆ ਸਹੀ ਆ ਇੱਕ ਦੇਖ ਲਿਓ ਬੰਦਾ ਤਗੜੀ ਕਬੱਡੀ ਖੇਡਿਆ ਤਾਂ ਉਹਦਾ ਆਟੋਮੈਟਿਕਲੀ ਉਸਤਾਦ ਕਹਿਣਗੇ ਉਹਨੂੰ ਭਾਵੇਂ ਉਹਨੇ ਤੁਹਾਨੂੰ ਚੱਜ ਨਾਲ ਬੁਲਾਇਆ ਬਣਾ ਹੋਵੇ ਇਹ ਗੱਲ ਸੱਚਾਈ ਹੋਊਗੀ ਜਿਹਨੇ ਸਿਖਾਇਆ ਹੋਵੇ ਜਿਹਨੇ ਸਿਖਾਇਆ ਉਹ ਭਾਵੇਂ ਹਿਸਾਬ ਦੀ ਖੇਡਿਆ ਉਹਦਾ ਨਾਂ ਲੈਣ ਤੋਂ ਵੀ ਜਚਕਣਗੇ ਕਿ ਆਹ ਬੰਦੇ ਨੇ ਸਾਨੂੰ ਚੱਕਿਆ ਕੋਚ ਹੀ ਲੰਘ ਜਾਂਦੇ ਆ ਦੇਖ ਲਿਓ ਇਹ ਦੇਖਣ ਨੂੰ ਮਿਲਿਆ ਸੁਣਿਆ ਵੀ ਕਾਫੀ ਵਾਰ ਕੋਚਾਂ ਨੇ ਸਾਨੂੰ ਕਾਫੀ ਵਾਰ ਜੋ ਬੈਠੇ ਹੁੰਦੇ ਆ ਗੱਲ ਚੱਲਦੀਆਂ ਦੱਸਿਆ ਕਹਿਣਾ ਵੀ ਸ਼ੁਰੂਆਤ ਇਹਦੀ ਮੈਂ ਕਰਾਈ ਇਹਨੂੰ ਮੈਂ ਇੱਥੇ ਇੱਥੇ ਤੱਕ ਲੈ ਕੇ ਜਾਂਦਾ ਰਿਹਾ ਇਹਦੀ ਮੈਂ ਆਹ ਹੈਲਪ ਕਰਦਾ ਰਿਹਾ ਅਤੇ ਉਹ ਖਿਡਾਰੀ ਫਿਰ ਉਹਨੂੰ ਪਿੱਛੇ ਮੁੜ ਕੇ ਵੇਖਦਾ ਵੀ ਨਹੀਂ ਉਹੀ ਆ ਗੱਲ ਭਾਜੀ ਹੁਣ ਜਿੱਦਾਂ ਸੋਖੇ ਭਾਜੀ ਨੇ ਕਬੱਡੀ ਬਹੁਤ ਤਕੜੀ ਖੇਡੀ ਜਿੱਥੇ ਤਾਂ ਮੈਂ ਭੈਣੀ ਵਾਲਿਆਂ ਬਿਲਕੁਲ ਬਿਲਕੁਲ ਬੰਦਿਆਂ ਨਾਲ ਉਹਨਾਂ ਕੋਲ ਵੀ ਮਿਹਨਤ ਮੈਂ ਕਰ ਲਈ ਪ੍ਰਤਾਪਪੁਰ ਅਸੀਂ ਕੈਂਪ ਲਾਇਆ ਸੀ 14 'ਚ ਪ੍ਰਮੋਟਰ ਮੇਰੇ ਨਾਲ ਭਾਜੀ ਹੁਣ ਮੰਨ ਲਾ ਜਿਹੜੇ ਵੱਡੇ ਭਰਾਵਾਂ ਦੇ ਮੈਂ ਨਾਂ ਲਏ ਮੇਰੇ ਨਾਲ ਜੁੜੇ ਆ ਕੇ 17-18 ਠੀਕ ਹੈ 18-'ਚ ਪਹਿਲਾਂ ਮੈਂ ਆਪਣੇ ਸਿਰ 'ਤੇ ਘਰਦਿਆਂ ਦੇ ਸਿਰ 'ਤੇ ਟੀਮ ਬਣਾਈ ਜਾਂ ਆਪਣੇ ਰੱਖ ਲਾ ਜਿੰਨੇ ਕੁ ਪਲੇਅਰ ਆ ਉਹਨਾਂ ਦਾ ਸਹਿਯੋਗ ਬਹੁਤ ਸੀ ਯਾਰੀ ਦੋਸਤੀ ਬਹੁਤ ਸੀ ਮੰਨ ਲਾ ਕਿਤੇ ਟੀਮ ਨੂੰ ਕਿਰਾਇਆ ਨਹੀਂ ਮਿਲਿਆ ਉਹਨਾਂ ਨੇ ਸਹਿਮਤੀ ਨੇ ਕਰ ਲੈਣਾ ਜੀ ਮੇਰੇ ਕੋਲ ਹੈਗੇ ਜਾਂ ਇੱਦਾਂ ਖਰਚਾ 'ਚੋਂ ਕੱਢ ਲਈਏ ਅਤੇ ਮੈਂ ਉਹੀ ਕਹਿੰਦਾ ਜਿੱਦਾਂ ਮੰਨ ਲਾ ਜੀ ਬੰਦਿਆਂ ਨੇ ਕਬੱਡੀ ਤਗੜੀ ਖੇਡੀ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਇਹਨਾਂ ਨੂੰ ਡਿਊਟੀਆਂ ਦੇਣੀਆਂ ਚਾਹੀਦੀਆਂ ਪਿੰਡਾਂ ਦੇ ਵਿੱਚ ਕੋਚ ਰੱਖਣਾ ਚਾਹੀਦਾ ਉਹ ਬੰਦਿਆਂ ਨੇ ਕਬੱਡੀ ਬਹੁਤ ਉੱਪਰ ਖੇਡੀ ਆ ਮੇਰੇ ਹਿਸਾਬ ਨਾਲ ਭਾਜੀ ਪਿੰਡੇ ਮਿਹਨਤ ਕਰਾਉਂਦਾ ਉਹਨੂੰ ਏਰੀਏ 'ਚ ਮੈਨੂੰ ਮੇਦ ਨਹੀਂ ਕਿਤੇ ਰੱਖਿਆ ਹੋਵੇ ਵਿਚਾਰੇ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਕਿ ਜਿਹੜੇ ਬੰਦਿਆਂ ਨੇ ਚਲੋ ਤੁਹਾਡੀ ਨਿਗਾਹ 'ਚ ਜਿਹੜਿਆਂ ਨੇ ਤਗੜੀ ਸਾਡੀ ਨਿਗਾਹ 'ਚ ਵੀ ਤੁਹਾਡੀ 'ਚ ਤਗੜੀ ਖੇਡੀ ਉਹਨਾਂ ਨੂੰ ਤਾਂ ਦਓ ਕਬੱਡੀ 'ਚ ਰੁਜ਼ਗਾਰ ਸਾਡਾ ਤਾਂ ਚੱਲੀ ਜਾਂਦਾ ਭਾਜੀ ਕਿਹੋ ਜਿਹੇ ਸਾਡੇ ਤਾਂ ਭਾਈ ਬੰਦ ਹੈਗੇ ਭਰਾ ਆਪਣੇ ਮੰਨ ਲਾ ਪਲੇਅਰ ਹੀ ਆ ਕਿ ਸਾਡਾ ਜਿਹੜੇ ਸਾਥ ਨਹੀਂ ਛੱਡਦੇ ਮੈਂ ਤਾਂ ਇਹ ਕਹਿੰਦਾ ਜਿਨ੍ਹਾਂ ਨੇ ਬੰਦਿਆਂ ਨੇ ਪੂਰਾ ਤਹਿਕਾ ਜਮਾਇਆ ਉਹ ਬੰਦਿਆਂ ਦੀ ਵੀ ਸਪੋਰਟ ਕਰਨੀ ਬਹੁਤ ਜ਼ਰੂਰੀ ਆ ਬਿਲਕੁਲ ਉਹਨਾਂ ਨੂੰ ਕਿਸੇ ਨਾ ਕਿਸੇ ਇੱਕ ਤਾਂ ਦੇਖੋ ਮੇਰੇ ਖਿਆਲ ਦੇ ਨਾਲ ਜਿੱਥੇ ਤੱਕ ਮੈਂ ਸਮਝਦਾ ਕਿ ਇੱਕ ਤਾਂ ਪਲੇਅਰ ਉੱਠਣਗੇ ਹਾਂਜੀ ਠੀਕ ਹੈ ਇੱਕ ਤੁਹਾਡੇ ਹੀ ਚਹੇਤਾ ਪਲੇਅਰ ਜਿਹਨੂੰ ਤੁਸੀਂ ਪਲੇਅਰ ਮੰਨਦੇ ਸੀ ਹਾਂ ਉਹਨੂੰ ਵੀ ਰੁਜ਼ਗਾਰ ਮਿਲ ਗਿਆ ਠੀਕ ਹੈ ਬੱਚੇ ਵੀ ਨਸ਼ਿਆਂ ਤੋਂ ਦੂਰ ਹੋ ਗਏ ਮੈਂ ਉਹ ਚੀਜ਼ ਦੱਸਦਾ ਭਾਜੀ ਹੁਣ ਭਾਜੀ ਸੌਖਾ ਗੱਲ ਕਰਦਾ ਹੁੰਦਾ ਕਈ ਵਾਰ ਕਹਿੰਦਾ ਜਾਜ ਤਾਂ ਨਹੀਂ ਰੂਹ ਕਰਦੀ ਰਿਸਪੈਕਟ ਹੈ ਨਹੀਂ ਹੁਣ ਕਈ ਵਾਰ ਹੁਣ ਮੇਰੇ ਅੰਮੇ ਆਪਣਾ ਭਾਜੀ ਸਾਰੇ ਕੋਚਾਂ ਨਾਲ ਤੇ ਪਿਆਰ ਹੁਣ ਬਿੱਟੂ ਭੋਲੇ ਵਾਲੀ ਨਾਲ ਪੂਰਾ ਵਧੀਆ ਆਪਣੀ ਭਰਾਵਾਂ ਵਾਲੀ ਨੇਕ ਮਾਲੂ ਪ੍ਰਿਆ ਬਿੰਦੂ ਪ੍ਰਾਲਾ ਦੂਆ ਵੀਰ ਕੋਚ ਨਾ ਸਾਰਿਆਂ ਨਾਲ ਆਪਣੀ ਜਿੰਨੇ ਕੁ ਲਾਡੀ ਭਾਜੀ ਹੋਣੀ ਹੋਏ ਜੋ ਹੁਸ਼ਿਆਰਪੁਰ ਰੈਂਕ ਜਿੰਨੇ ਕੋਚ ਆਪਣੇ ਰੱਖ ਲਾ ਲਾਲੀ ਸੁਰਖਪੁਰੀਏ ਦੀ ਕਿੰਨੀ ਚੜ੍ਹਾਈ ਫੋਲੋ ਕਿੰਨਾ ਵੀ ਜੰਡ ਨਾ ਸੁੱਖੇ ਘੁੱਗ ਚੋਰੀਏ ਨਾ ਵੀਰ ਨਾ ਸਾਰੇ ਜਿੰਨੇ ਕੁ ਮੈਂ ਕਈਆਂ ਦੇ ਨਾਮ ਮੱਧੂ ਭਾਜੀ ਰੱਖ ਲਾ ਸਾਰਿਆਂ ਨਾਲ ਆਪਣਾ ਤੇ ਪਿਆਰ ਵਧੀਆ ਆਲਮੋਸਟ ਕਿਸੇ ਨਾਲ ਇਹ ਨਹੀਂ ਹੈਗਾ ਕਿ ਕੋਈ ਇਹ ਨਹੀਂ ਕਹਿ ਸਕਦਾ ਵੀ ਜਹਾਜ਼ ਆਪਾਂ ਨੂੰ ਗਲਤ ਬੋਲਿਆ ਬਿਲਕੁਲ ਜਾਂ ਇੱਦਾਂ ਆਪਾਂ ਹਮੇਸ਼ਾ ਰਿਸਪੈਕਟ 'ਤੇ ਚੱਲਦੇ ਹਾਂ
अच्छा एक चीज़ होंगी है कि ना एक कोच है मैं एक जाते अपना एक बड़ा जरूरी सवाल मैं काफ़ी जो ग्राउंड देखता उन्होंने तो ना काफ़ी बार पूछने भी कर देना पर अज आप पूछा दर्शकों के सामने कचहरी से कि जो थोड़ा मैच चलना होंगे एक कोच की जिम्मेवारी होंगी है कि अपनी टीम को किसी ना किसी तरीके हर तरीके जितावे वधिया गाइड करके जाफी गाइड करे रेडन गाइड करे तो जे नंबर का कोई रौला आया तो वह नंबर न अपने हक में लैन काफ़ी मैं कोच जदोजहद करते होंगे चाहे वह साडा हो चाहे ना पर जदोजहद करते होंगे पर थोड़ी एक चीज़ देखी जाती थोड़ा रेडर या जाफी मंगी जाऊगा मेरा नंबर है पर थोड़े वालों उंगल खड़ी हो जाती है कि वह नंबर दूजे पास का वो भाजी यार जिहड़ी चीज़ तो जिन्हें इन्ना को देता ना ना देता जहाज देता सारा कुछ करता उन्हें झूठ नहीं बोला ठीक है टीम हरदी अज भी झूठ नहीं बोलना भाजी गुड़िया की गल आ गुड़े पिंड है उधर को सेमी मैच नहीं क्वार्टर जगे जड़ियाले वाली की उत्थे रिश्तेदारी आ ठीक है उत्थे मैच भी साढ़े न्याणियां ना ही बड़े पिंड वाले ना ठीक है फैसले वाली कौडी नाव ने पाई भाजी बड़े पिंड ने हाँ रैफरियां का मैं ना नहीं लेना रैफरी मैनू आके दो ही कहिंदे कहिंदे जा नंबर तेनू दे दिए टीम तेरी भारी आ मैं कहा प्रधान ने यानी उसे फेर बदल होया सी ना फेर बदल होया साडी टीम ना भाजी मैं कहा प्रधान नहीं नंबर उन्हां दा देना भी उन्हां नू जित्ते भी उह ਭਾਜੀ ਚੱਕਰ ਦੱਸਾਂ ਕਿ ਜਿੰਨਾ ਆਪਾਂ ਜੇ ਮੰਨ ਲਾ ਆਪਾਂ ਇਹਨਾਂ ਦਿਲੋਂ ਕਰਦੇ ਹਾਂ ਤਾਂ ਉਹ ਵੀ ਆਪਣੇ ਲਈ ਛੱਡਦੀ ਕੁਛ ਨਹੀਂ ਹੁਣ ਅਸੀਂ ਸਾਈਕਲਾਂ ਨੂੰ ਤਰਸਦੇ ਸੀ ਬੁਲਟਾਂ ਵਾਲੇ ਹੋ ਗਏ ਸੱਚਾਈ 'ਚ ਰਹਿਣਾ ਸੱਚਾਈ ਹੁਣ ਮਾਲਕ ਦੀ ਦਿਆਨਾ ਹੁਣ ਬਾਬਿਆਂ ਦੇ ਰਹਿੰਦਿਆਂ ਨੂੰ ਸਾਨੂੰ ਹੋ ਗਿਆ 18 ਸਾਲ ਮਾਲਕ ਨੇ ਐਰਕੀ ਥੋੜ੍ਹਾ ਉੱਦਮ ਕੀਤਾ ਮਾਲਕ ਨੇ ਭਰੋਸਾ ਹੀ ਇੰਨਾ ਕੁ ਦੇ ਦਿੱਤਾ ਭਰਾ ਬਾਕੀ ਹੁਣ ਫਿਰ ਮੈਂ ਜ਼ਿਕਰ ਉਹ ਹੀ ਕਰਦਾ ਕਿ ਆਪਣਾ ਭਾਜੀ ਪ੍ਰਮੋਟਰਾਂ ਵਾਲਾ ਸਾਹਿਬ ਹੀ ਹੈ ਨਹੀਂ ਕਾਲੇ ਭਾਜੀ ਨਾਲ ਵੀ ਕਰਦੀ ਗੱਲ ਆ ਮਾਨਕ ਭਾਜੀ ਹੁਣਾਂ ਨਾਲ ਵੀ ਕਰਦੀ ਆ ਕਦੇ ਬੰਦਿਆਂ ਨੇ ਪਿੱਠ ਨਹੀਂ ਲੱਗਣ ਦਿੱਤੀ ਏਦਾਂ ਐਰਕੀ ਸ਼ਾਰਪ ਵਾਲੇ ਸੀਗੇ ਉਹ ਵੀ ਆਪਣੇ ਮੂੰਹ ਨੂੰ ਉੱਥੇ ਕੈਂਪ ਲੱਗਾ ਉਹਨਾਂ ਨੂੰ ਪਲੇਅਰਾਂ ਦਾ ਨਹੀਂ ਇੰਨਾ ਪਤਾ ਸੀ ਦਿੱਲੀ ਧਰਨੇ ਤੇ ਮਿਲੇ ਏਦਾਂ ਗੱਲਾਂ ਬਾਤਾਂ ਚੱਲੀਆਂ ਤੇ ਪਿਆਰ ਬਣ ਗਿਆ ਤੇ ਏਦਾਂ ਉਹਨਾਂ ਨੇ ਕੈਂਪ ਲਾਇਆ ਕੈਂਪ ਵਧੀਆ ਹੋਇਆ ਚਲੋ ਪਲੇਅਰ ਉੱਠ ਗਏ ਦੋ ਤਿੰਨ ਆਪਣੇ ਤੁਹਾਡਾ ਇੱਕ ਆ ਸਾਡੇ ਏਰੀਏ 'ਚ ਨਵਾਂ ਹੀ ਉੱਠਣਾ ਅਜੇ ਥੋੜ੍ਹਾ ਮਿਹਨਤ ਕਰਦਾ ਉਹਦੇ 'ਤੇ ਬਾਬਾ ਸੁੱਖ ਰੱਖੇ ਮੁੰਡਾ ਰਮਨ ਸਰਦਾਰ ਮੁੰਡਾ ਹਾਂ ਜੰਗ ਜਿਹਾ ਜੇ ਹੈਗਾ 15 ਸਾਲਾਂ ਦਾ ਕੱਦ ਘੱਟ ਬਹੁਤ ਕੱਢ ਗਿਆ ਏਦਾਂ ਹੀ ਜ਼ੋਰ ਲੱਗਾ ਭਾਜੀ ਆਪਾਂ ਤਾਂ ਨਵੀਆਂ ਚੀਜ਼ਾਂ ਛੱਡੀ ਹੀ ਜਾਣੀਆਂ ਜਿੰਨਾ ਟਾਈਮ ਹੈਗੇ ਆ ਠੀਕ ਹੈ ਜਹਾਜ਼ ਭਾਜੀ ਕਾਫੀ ਸਮਾਂ ਹੋ ਗਿਆ ਤੁਹਾਡੇ ਨਾਲ ਗੱਲ ਕਰਦੇ ਅਤੇ ਬਹੁਤ ਵਧੀਆ ਹੈਗਾ ਕਿ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਵਿਚਾਰ ਜਾਣ ਕੇ ਜਹਾਜ਼ ਕੋਚ ਕਿਉਂ ਕਿਹਾ ਜਾਂਦਾ ਉਹ ਵੀ ਅਸੀਂ ਜਾਣਿਆ ਅਤੇ ਕਬੱਡੀ ਵਿੱਚ ਨਵੇਂ ਕੋਚਾਂ ਬਾਰੇ ਜੋ ਉਂਗਲਾਂ ਉੱਠਦੀਆਂ ਰਹਿੰਦੀਆਂ ਉਹ ਵੀ ਇਹ ਜਾਣੀ ਬਹੁਤ ਵਧੀਆ ਲੱਗੀਆਂ ਗੱਲਾਂ ਉਮੀਦ ਕਰਦੇ ਹਾਂ ਸਾਡੀਆਂ ਜਿਹੜਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਅਤੇ ਜਹਾਜ਼ ਭਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਐਂ ਪਹਿਲੀ ਵਾਰ ਇੱਦਾਂ ਦੇ ਸਾਨੂੰ ਵੀ ਚੈਨਲ 'ਤੇ ਆਉਣ ਦਾ ਮੌਕਾ ਮਿਲਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਭਰਾ ਦਾ ਬਹੁਤ ਦੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਕਰਕੇ ਯਾਰ ਸਾਰਾ ਕੁਛ ਅਤੇ ਦੋਸਤੋ ਸਾਨੂੰ ਹੁਣ ਦਿਓ ਇਜਾਜ਼ਤ 'ਤੇ ਜਾਂਦੇ ਜਾਂਦੇ ਜਿਨ੍ਹਾਂ ਭਰਾਵਾਂ ਨੇ ਹਾਲੇ ਤੱਕ ਸਾਡਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਲਾਈਕ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ Thank you.